ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਾਬਾ ਨਾਨਕ ਵਪਾਰ ਮੰਡਲ ਦੇ ਪ੍ਰਧਾਨ ਬਣੇ ਵਿਪਨ ਸੋਨੀ। ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਕੀਤਾ ਵਾਅਦਾ। ਲੰਬੇ ਸਮੇਂ ਤੋਂ ਬਾਅਦ ਵਪਾਰ ਮੰਡਲ ਦਾ ਹੋਇਆ ਗਠਨ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਅੱਜ ਡੇਰਾ ਬਾਬਾ ਨਾਨਕ ਵਪਾਰ ਮੰਡਲ ਪ੍ਰਧਾਨ ਦੀ ਚੋਣ ਮਿਊਂਸੀਪਲ ਕਮੇਟੀ ਡੇਰਾ ਬਾਬਾ ਨਾਨਕ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਵਿਪਨ ਸੋਨੀ ਨੂੰ ਵਪਾਰ ਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਨਾਲ ਹੀ 10 ਸਰਪ੍ਰਸਤ ਵੀ ਬਣਾਏ ਗਏ। ਇਸ ਮੌਕੇ ਬਾਜ਼ਾਰ ਦਰਬਾਰ ਸਾਹਿਬ ਦੇ ਪ੍ਰਧਾਨ ਦਾ ਅਹੁਦਾ ਰਣਜੀਤ ਸਿੰਘ ਉਰਫ ਗੋਲਾ ਨੂੰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਵੇਂ ਵਪਾਰ ਮੰਡਲ ਦੀ ਜ਼ਰੂਰਤ ਬੜੇ ਲੰਬੇ ਸਮੇਂ ਤੋਂ ਸੀ, ਪਰ ਡੇਰਾ ਬਾਬਾ ਨਾਨਕ ਪਏ ਦਿਨ ਦਿਹਾੜੇ ਡਾਕੇ ਤੋਂ ਬਾਅਦ ਇਸ ਦੀ ਕਵਾਇਤ ਨੇ ਜੋੜ ਫੜ ਲਿਆ ਤੇ ਅੱਜ ਵਿਪਨ ਸੋਨੀ ਨੂੰ ਇਸ ਵਪਾਰ ਮੰਡਲ ਨੂੰ ਗਠਿਤ ਕਰਨ ਲਈ ਪ੍ਰਧਾਨ ਬਣਾਉਂਦੇ ਹੋਏ ਪ੍ਰਯਾਸ ਸ਼ੁਰੂ ਕਰ ਦਿੱਤੇ ਗਏ। ਵਿਪਨ ਸੋਨੀ ਨੇ ਕਿਹਾ ਕਿ ਉਹ ਤਨਦੇਹੀ ਨਾਲ ਉਹਨਾਂ ਨੂੰ ਦਿੱਤੀ ਹੋਈ ਜ਼ਿੰਮੇਵਾਰੀ ਨਿਭਾਉਣਗੇ ਤੇ ਹਰ ਵਪਾਰੀ ਦਾ ਸਹਿਯੋਗ ਕਰਨਗੇ। ਪ੍ਰਧਾਨ ਤੇ ਸਰਪ੍ਰਸਤਾਂ ਨੇ ਕਿਹਾ ਕਿ ਵਪਾਰੀਆਂ ਦੇ ਜਾਇਜ਼ ਮਸਲਿਆਂ ਦੀ ਹੀ ਹਿਮਾਇਤ ਕੀਤੀ ਜਾਵੇਗੀ ਤੇ ਖੁੱਲ ਕੇ ਉਹਨਾਂ ਦਾ ਸਾਥ ਦਿੱਤਾ ਜਾਵੇਗਾ, ਕਿਉਂਕਿ ਡੇਰਾ ਬਾਬਾ ਨਾਨਕ ਬਾਰਡਰ ਤੇ ਸਥਿਤ ਹੈ। ਇਸ ਕਾਰਨ ਵਪਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਇੱਥੇ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਤਰਤੀਬਵਾਰ ਸਮਝ ਕੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਚੋਣ ਤੋਂ ਬਾਅਦ ਇੱਕ ਵਿਸ਼ਾਲ ਜਲੂਸ ਦੇ ਰੂਪ ਦੇ ਵਿੱਚ ਵਪਾਰ ਮੰਡਲ ਪ੍ਰਧਾਨ ਤੇ ਹੋਰ ਇਲਾਕੇ ਦੇ ਦੁਕਾਨਦਾਰਾਂ ਨੇ ਢੋਲ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਬਾਜ਼ਾਰ ਚੋਂ ਗੁਜ਼ਰਦੇ ਹੋਏ ਵਪਾਰੀਆਂ ਦਾ ਧੰਨਵਾਦ ਕੀਤਾ ਤੇ ਵਪਾਰ ਮੰਡਲ ਦੇ ਗਠਨ ਦੀ ਵਧਾਈ ਵੀ ਦਿੱਤੀ। ਆਲਟੋ ਨਿਊਜ਼ ਵੱਲੋਂ ਵੀ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਨੂੰ ਚੁਣੇ ਜਾਣ ਦੇ ਉੱਤੇ ਵਿਪਨ ਸੋਨੀ ਨੂੰ ਲੱਖ ਲੱਖ ਵਧਾਈ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ। ਦੇਖੋ ਜੀ, ਡੇਰਾ ਬਾਬਾ ਨਾਨਕ ਇੱਕ ਪਵਿੱਤਰ ਸ਼ਹਿਰ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਆ। ਇੱਥੇ ਡੇਰਾ ਬਾਬਾ ਨਾਨਕ ਦੇ ਸ਼ਹਿਰ ਵਾਲਿਆਂ ਵੱਲੋਂ ਮੈਨੂੰ ਡੇਰਾ ਬਾਬਾ ਨਾਨਕ ਵਪਾਰ ਮੰਡਲ ਦਾ ਅੱਜ ਪ੍ਰਧਾਨ ਬਣਾਇਆ ਗਿਆ ਅਤੇ ਇੱਕ ਵੱਡੀ ਜ਼ਿੰਮੇਵਾਰੀ ਮੈਨੂੰ ਇਹ ਦਿੱਤੀ ਗਈ ਹੈ। ਇਹ ਸਾਰੀ ਅਤੇ ਸਾਰੀ ਕਿਰਪਾ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਹੈ ਅਤੇ ਨਾਲ ਹੀ ਮੇਰੇ ਜਿਹੜੇ ਸ਼ਹਿਰ ਦੇ ਸਹਿਯੋਗੀ ਆ ਇਹਨਾਂ ਦੀ। ਦੇਖੋ ਠੀਕ ਹੈ, ਤੁਹਾਡਾ ਸਵਾਲ ਗੱਲ ਇਹ ਆ ਕਿ ਵਪਾਰ ਮੰਡਲ ਕਦੇ ਵੀ ਦੋ ਨਹੀਂ ਹੋਇਆ, ਦੁਕਾਨਦਾਰਾਂ ਦਾ ਏਕਾ ਮੰਡਲ ਆ, ਮੰਡਲ ਕਦੀ ਦੋ ਨਹੀਂ ਹੁੰਦੇ। ਜੇ ਕੋਈ ਤੁਸੀਂ ਇਸ ਤਰ੍ਹਾਂ ਦੀ ਗੱਲ ਸੁਣੀ ਆ ਤਾਂ ਉਹ ਬੇਬੁਨਿਆਦ ਆ, ਪਰ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਆਪਾਂ ਉਹਨਾਂ ਭਰਾਵਾਂ ਨੂੰ ਵੀ ਨਾਲ ਰਲ ਕੇ ਗਲੇ ਲਾ ਕੇ ਇਕੱਠੇ ਹੋ ਕੇ ਚੱਲਾਂਗੇ। ਕੀ ਤੁਸੀਂ ਸ਼ਹਿਰ ਵਾਸਤੇ ਤੁਹਾਡਾ ਜਿਹੜੀ ਪਹਿਲੀ ਕਾਰਵਾਈ ਕੀ ਹੋਈ? ਦੇਖੋ, ਮੇਰੀ ਇਕੱਲੇ ਦੀ ਕਾਰਵਾਈ ਕੋਈ ਨਹੀਂ ਹੋ ਸਕਦੀ। ਇਹ ਮੇਰੀ ਸਾਰੇ ਜਿੰਨੇ ਮੇਰੇ ਭਰਾ ਨੇ ਸ਼ਹਿਰ ਵਾਲੇ, ਮੇਰੀ ਕਮੇਟੀ ਦੇ ਮੈਂਬਰ ਜਿਹੜੇ ਬਣੇ ਨੇ,
उन्हां दी सलाह दे नाल जो भी फैसला होएगा जिहड़ी कोई पहली मुश्किल जिहड़ी साडे अगे आएगी। मुश्किलां ते देखो बड़ियां ने, एक मुश्किल ते है कोई नहीं, अजकल दे समें विच दुकानदारां नूं बहुत मुश्किलां ने, पर जिहड़ी साडे कोल मुश्किल आएगी उहदा असीं बहि के हल वधिया तरीके नाल करांगे जिहड़ा साडे दुकानदार भरा संतुष्ट होण। ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਵਪਾਰ ਮੰਡਲ ਦੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਜਿਹਨਾਂ ਮੈਨੂੰ ਪ੍ਰਧਾਨ ਬਣਾਇਆ ਮੇਨ ਬਾਜ਼ਾਰ ਦਾ। ਮੈਂ ਤੈਅ ਦਿਲੋਂ ਤਨੋਂ ਮਨੋਂ ਸੇਵਾ ਕਰਾਂਗਾ, ਜਿੱਥੇ ਮੇਰੀ ਡਿਊਟੀ ਲਾਉਂਗੇ 24 ਘੰਟੇ ਮੈਂ ਹਾਜ਼ਰ ਹਾਂਗਾ। ਮੈਂ ਕਦੀ ਇਹ ਨਹੀਂ ਕਹਾਂਗਾ ਮੇਰੀ ਦੁਕਾਨ 'ਤੇ ਕੋਈ ਨਹੀਂ ਹੈਗਾ, ਮੈਂ ਨਹੀਂ ਜਾਣਾ, ਉਸੇ ਨਾਲ ਚੱਲਾਂਗਾ, ਕੋਈ ਦੁਕਾਨ 'ਤੇ ਹੋਏ ਚਾਹੇ ਨਾ ਹੋਏ। ਤੁਹਾਡੇ ਵੱਲੋਂ ਸ਼ਹਿਰ ਵਾਸਤੇ ਕੀ ਕਰ ਰਹੇ ਹੋ? ਸ਼ਹਿਰ ਵਾਸਤੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਪਏ ਨੇ, ਹੌਲੀ ਹੌਲੀ ਸਾਰੇ ਹੋਣਗੇ। ਜਿਹੜੇ ਇੱਥੇ ਮੇਰੀ ਡਿਊਟੀ ਲੱਗੇਗੀ ਉਹ ਪੂਰੀ ਤਨੋਂ ਮਨੋਂ ਨਾਲ ਸੇਵਾ ਕਰਾਂਗਾ ਜੀ। ਸਫਾਈ ਪੂਰੀ ਹੋਏਗੀ, ਸਾਰੇ ਸ਼ਹਿਰ ਦੀ ਸਫਾਈ ਹੋਏਗੀ ਜੀ। ਫਰਸ਼ਾਂ ਸਾਫ਼ ਕਰਾਤੀਆਂ ਨੇ, ਕਮੇਟੀ ਘਰ ਦੀਆਂ ਕਰਾਤੀਆਂ, ਬਿਜਲੀ ਘਰ ਦੀਆਂ ਕਰਾਤੀਆਂ ਨੇ। ਇੱਕ ਟੈਂਕੀ ਲੱਗੀ ਮੇਰੀ ਦੁਕਾਨ ਦੇ ਸਾਹਮਣੇ, ਇਹ 'ਚ 6 ਕੁੜ ਕਿਲੀਆਂ ਮਰੀਆਂ ਕੱਢੀਆਂ ਨੇ ਜੋ ਟੈਂਕੀ ਸਾਫ਼ ਕੀਤੀ। ਪੂਰੀ ਤਰੀਕੇ ਨਾਲ ਸਫਾਈ ਹੋ ਗਈ ਹੈ ਜੀ।